ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਕੇਂਦਰ ਰਾਜ ਸਬੰਧਾਂ ਬਾਰੇ ਜਿਹੜੇ ਕਿ ਕੁਐਸਚਨ ਕਰਾਂਗੇ ਪੋਲੀਟিক্যাল ਸਾਇੰਸ ਦਾ ਸੈਂਟਰ ਸਟੇਟ ਰਿਲੇਸ਼ਨਸ ਠੀਕ ਹੈ ਤੇ ਸਟੂਡੈਂਟਸ ਇਹ ਬੀਏ ਸੈਮੈਸਟਰ 3 ਦੇ ਲਈ ਇਸ ਤੋਂ ਇਲਾਵਾ ਜਿਹੜੇ ਕਿ ਪਲੱਸ 1 ਕਲਾਸ ਦੇ ਲਈ ਵੀ ਇੰਪੋਰਟੈਂਟ ਟੌਪਿਕ ਹੈ ਸੰਘ ਅਤੇ ਰਾਜਾਂ ਦੇ ਵਿਚਕਾਰ ਸਬੰਧ ਇਹ ਇਹ ਹੈਗੇ ਨੇ ਵਿਧਾਨਿਕ ਪ੍ਰਸ਼ਾਸਨਿਕ ਤੇ ਨਿਆਇ ਤੇ ਵਿੱਤੀ ਤਿੰਨੋਂ ਤਰੀਕੇ ਦੇ ਆਪਾਂ ਕਰਾਂਗੇ ਠੀਕ ਹੈ ਇਹਨਾਂ 'ਚੋਂ ਅਲੱਗ-ਅਲੱਗ ਵੀ ਕੁਝ ਪੁੱਛ ਸਕਦੇ ਹੋ ਤੁਹਾਨੂੰ ਇਕੱਠੇ ਵੀ ਪੁੱਛ ਸਕਦੇ ਹੋ ਹਾਂਜੀ ਪਹਿਲਾਂ ਇੰਟਰੋਡਕਸ਼ਨ ਭਾਰਤ ਦੇ ਵਿੱਚ ਜਿਹੜੀ ਕਿ ਸੰਘੀ ਸ਼ਾਸਨ ਪ੍ਰਣਾਲੀ ਅਪਣਾਈ ਗਈ ਹੈ ਸੰਘੀ ਸਰਕਾਰ ਅਤੇ ਰਾਜ ਦੀਆਂ ਸਰਕਾਰਾਂ ਵਿਚਕਾਰ ਜਿਹੜੀ ਕਿ ਸ਼ਕਤੀਆਂ ਦੀ ਵੰਡ ਕੀਤੀ ਗਈ ਹੈ ਤੇ ਵੰਡ ਸੰਵਿਧਾਨ ਦੇ ਵਿੱਚ ਲਿਖ ਦਿੱਤੀ ਗਈ ਹੈ ਤੇ ਆਮ ਤੌਰ ਤੇ ਇੱਕ ਦੂਜੇ ਦੇ ਸ਼ਕਤੀਆਂ ਵਿੱਚ ਦਖਲ ਨਹੀਂ ਦੇ ਸਕਦੇ ਪਰੰਤੂ ਇਹਦਾ ਅਰਥ ਇਹ ਵੀ ਨਹੀਂ ਹੈਗਾ ਕਿ ਕੇਂਦਰ ਅਤੇ ਇਕਾਈਆਂ ਇੱਕ ਦੂਜੇ ਤੋਂ ਆਜ਼ਾਦ ਨੇ ਮਤਲਬ ਕਿ ਦੋਨੇ ਆਪਸ ਦੇ ਵਿੱਚ ਸੰਬੰਧਿਤ ਨੇ ਦੋਨਾਂ ਦਾ ਆਪਸ ਦੇ ਵਿੱਚ ਡੂੰਗਾ ਸੰਬੰਧਾ ਤੇ ਸ਼ਕਤੀਆਂ ਦੀ ਵੰਡ ਕੇਂਦਰ ਤੇ ਰਾਜ ਵਿਚਕਾਰ ਇਹ ਇਸ ਤਰੀਕੇ ਨਾਲ ਕੀਤੀ ਗਈ ਤਾਂ ਕਿ ਕਿਸੇ ਦੇ ਵਿੱਚ ਕੋਈ મતਭੇਦ ਨਾ ਹੋਵੇ ਜੇ મતਭੇਦ ਹੋ ਵੀ ਜਾਵੇ ਤਾਂ ਉਹਦਾ ਫੈਸਲਾ ਸੁਪਰੀਮ ਕੋਰਟ ਕਰਦੀ ਹੈ ਤੇ ਸੁਪਰੀਮ ਕੋਰਟ ਵੱਲੋਂ ਰਾਜ ਜਾਂ ਸੰਘ ਵੱਲੋਂ بنائے ਕਾਨੂੰਨਾਂ ਨੂੰ ਸੰਵਿਧਾਨ ਦੇ ਵਿਰੁੱਧ ਕਰਾਰ ਦੇ ਦੇਵੇ ਤਾਂ ਉਹ ਕਾਨੂੰਨ ਨੂੰ ਰੱਦ ਕਰ ਸਕਦੀ ਹੈ ਠੀਕ ਹੈ ਬਾਕੀ ਹੋਰ ਤੁਸੀਂ ਇਹਦੇ ਵਿੱਚੋਂ ਪੜ ਲੈਣਾ ਇੰਟਰੋਡਕਸ਼ਨ ਤੇ ਕੇਂਦਰ ਤੇ ਰਾਜਾਂ ਦੇ ਸਬੰਧਾਂ ਦਾ ਵਰਣਨ ਸਾਨੂੰ ਸੰਵਿਧਾਨ ਦੀ 19ਵੀਂ ਧਾਰਾ 245 ਤੋਂ ਲੈ ਕੇ 263 ਜਿਹੜੀ ਕਿ ਆਰਟੀਕਲਸ ਨੇ ਉਹਨਾਂ ਦੇ ਵਿੱਚ ਮਿਲਦਾ ਤੇ ਇਹ ਤੋਂ ਇਲਾਵਾ ਸੰਵਿਧਾਨ ਦੇ ਕਈ ਨਿਯਮ ਛੇ ਇਸ ਤਰ੍ਹਾਂ ਦਿੱਤੇ ਗਏ ਨੇ ਜਿਹੜੇ ਸੰਘ ਤੇ ਰਾਜਾਂ ਦੇ ਵਿੱਚ ਸਬੰਧਾਂ ਨੂੰ ਨਿਰਧਾਰਿਤ ਕਰਦੇ ਨੇ ਤੇ ਜਿਵੇਂ ਕਿ ਸੰਕਟਕਾਲੀ ਹਾਲਤ ਦੇ ਨਾਲ ਸੰਬੰਧਿਤ ਜਿਹੜੀਆਂ ਧਾਰਾਵਾਂ ਉੱਪਰ ਉਹ ਧਾਰਾਵਾਂ ਨੇ ਜਿਹੜੇ ਰਾਜ ਸਭਾ ਦੀ ਸ਼ਕਤੀ ਤੇ ਰੋਕ ਲਗਾਉਂਦੀਆਂ ਨੇ ਸੰਗਠਿਤ ਨਿਆਂ ਪ੍ਰਬੰਧ ਇੱਕੋ ਹੀ ਚੋਣ ਕਮਿਸ਼ਨ ਨਾਲ ਸੰਬੰਧਿਤ ਧਾਰਾ ਤੇ ਅਧਿਆਨ ਦੀ ਸੂਲਤਰੀ ਕੇਂਦਰ ਰਾਜਾਂ ਨੂੰ ਚਾਰ ਭਾਗਾਂ ਵਿੱਚ ਵੰਡਿਆ ਗਿਆ ਵਿਧਾਨਿਕ ਪ੍ਰਸ਼ਾਸਨਿਕ ਵਿੱਤੀ ਤੇ ਨਿਆਂਿਕ ਪ੍ਰਬੰਧ ਨਿਆਂਿਕ ਸਬੰਧ ਇਹਨਾਂ ਵਿੱਚ ਆਪਾਂ ਤਿੰਨ ਦੇ ਪੜਾਂਗੇ ਵਿਧਾਨ ਪਹਿਲਾ ਹੈਗਾ ਸਟੂਡੈਂਟਸ ਸੰਵਿਧਾਨਿਕ ਸੰਬੰਧ ਸੰਵਿਧਾਨਿਕ ਸੰਬੰਧ ਦੇ ਵਿੱਚ ਕੇਂਦਰ ਦੇ ਰਾਜ ਵਿੱਚ ਕਾਰਜ ਸ਼ਕਤੀਆਂ ਦੀ ਤਿੰਨ ਤਰੀਕਿਆਂ ਨਾਲ ਵੰਡ ਕੀਤੀ ਗਈ ਹੈ ਸੰਘ ਸੂਚੀ ਰਾਜ ਸੂਚੀ ਤੇ ਸੰਵਰਤੀ ਸੂਚੀ ਦੇ ਵੈਸੇ ਵੀ ਇੰਪੋਰਟੈਂਟ ਆ ਕੁਐਸਚਨ ਸੰਘ ਸੂਚੀ ਰਾਜ ਸੂਚੀ ਤੇ ਸੰਵਰਤੀ ਸੂਚੀ ਤੇ ਜਿਵੇਂ ਕਿ ਪੀਐਸਟੀ ਟੈਟ ਦੇ ਲਈ ਮਾਸਟਰ ਕੋਰਸ ਅਸਟਰੀ ਲਈ ਪੋਲੀਟੀਕਲ ਸਾਇੰਸ ਵਾਲਿਆਂ ਲਈ ਤੇ ਇਹ ਤੁਹਾਡੇ ਲਈ ਸ਼ਾਰਟ ਕੁਐਸਚਨ ਚ ਵੀ ਇੰਪੋਰਟੈਂਟ ਆ ਸੰਘ ਸੂਚੀ ਦੇ ਵਿੱਚ ਜਿਹੜੇ ਕਿ 100 ਵਿਸ਼ਾ 100 ਵਿਸ਼ੇ ਨੇ ਇਹਦੇ ਵਿੱਚ ਇਹਨਾਂ ਮਾਮਲੇ ਬਾਰੇ ਕਾਨੂੰਨ ਬਣਾਉਣ ਦਾ ਅਧਿਕਾਰ ਸਿਰਫ ਪਾਰਲੀਮੈਂਟ ਨੂੰ ਹੈ ਇਹਨਾਂ ਵਿਸ਼ਿਆਂ ਵਿੱਚ ਸੁਰੱਖਿਆ ਵਿਦੇਸ਼ੀ ਸਬੰਧ ਯੁੱਧ ਸ਼ਾਂਤੀ ਆਵਾਜਾਈ ਦੇ ਸੰਚਾਰ ਰੇਲਵੇ ਡਾਕ ਤਾਰ ਨੋਟ ਅਤੇ ਸਿੱਕੇ ਬੀਮਾ ਵਿਦੇਸ਼ੀ ਉਪਾਰ ਜਹਾਜ਼ ਰਾਨੀ ਹਵਾਵਾਜੀ ਤੇ ਰਾਸ਼ਟਰੀ ਮਹੱਤਵ ਦੇ ਵਿਸ਼ੇ ਨੇ ਜਿਹੜੇ ਕਿ ਸਾਰੇ ਨਾਗਰਿਕਾਂ ਨਾਲ ਬਰਾਬਰ ਤੌਰ ਤੇ ਸੰਬੰਧਿਤ ਨੇ ਇਹਨਾਂ ਵਿਸ਼ਿਆਂ ਬਾਰੇ ਬਣੇ ਕਾਨੂੰਨ ਸਾਰੇ ਰਾਜਾਂ ਤੇ ਸਾਰੇ ਸ਼ਹਿਰਾਂ ਤੇ ਲਾਗੂ ਹੁੰਦੇ ਨੇ ਅੱਗੇ ਹੈਗਾ ਰਾਜ ਸੂਚੀ ਰਾਜ ਸੂਚੀ ਦੇ ਵਿੱਚ 61 ਵਿਸ਼ੇ ਨੇ ਇਹਨਾਂ ਵਿਸ਼ਿਆਂ ਤੇ ਕਾਨੂੰਨ ਬਣਾਉਣ ਦਾ ਅਧਿਕਾਰ ਰਾਜਾਂ ਦੇ ਅਧੀਨ ਵਿਧਾਨ ਮੰਡਲ ਨੂੰ ਹੈ ਤੇ ਇਸ ਦੇ ਵਿੱਚ 61 ਵਿਸ਼ੇ ਸ਼ਾਮਲ ਸ਼ਾਮਲ ਨੇ ਜਿਹੜੇ ਕਿ ਪਬਲਿਕ ਪ੍ਰਸ਼ਾਸਨ ਨਾਲ ਸੰਬੰਧਿਤ ਪੁਲਿਸ ਤੇ ਜੇਲ੍ਹ ਸਥਾਨਿਕ ਸਰਕਾਰ ਜਨ ਸਿਹਤ ਸੜਕਾਂ ਪੁਲ ਸਨਤ ਪਸ਼ੂਆਂ ਤੇ ਗੱਡੀਆਂ ਤੇ ਟੈਕਸ ਗੈਂਗ ਐਸ਼ੋ ਇਸ਼ਰਾ ਤੇ ਮਨੋਰੰਜਨ ਉਤੇ ਟੈਕਸ ਅੱਗੇ ਸੰਵਰਤੀ ਸੂਚੀ ਕੰਕ੍ਰੀਟ ਲਿਸਟ ਜਿਹਦੇ ਵਿੱਚ ਹੈਗੇ ਨੇ 52 ਵਿਸ਼ੇ ਨੇ ਤੇ ਇਹਦੇ ਵਿੱਚ ਵਿਆਹ ਤਲਾਕ ਦੰਡ ਵਿਧੀ ਦੀਵਾਨੀ ਕਾਨੂੰਨ ਨਿਆ ਅਖਬਾਰਾਂ ਕਿਤਾਬਾਂ ਛਾਪਾਖਾਨਾ ਬਿਜਲੀ ਮਿਲਾਵਟ ਆਰਥਿਕ ਤੇ ਸਮਾਜਿਕ ਸਮਜੋਜਨਾ ਆਯੋਜਨ کارਖਾਨੇ ਇਹ ਸਾਰੇ ਸ਼ਾਮਿਲ ਨੇ ਇਹਨਾਂ ਉਤੇ ਕਾਨੂੰਨ ਬਣਾਉਣ ਦਾ ਅਧਿਕਾਰ ਸੰਘਤ ਰਾਜ ਦੁਆਨ ਨੂੰ ਹੈ ਜਦਕਿ ਕਿ 21 ਵਿਸ਼ੇ ਦੇ ਕੇਂਦਰ ਤੇ ਰਾਜਾਂ ਨੇ بنائے ਕਾਨੂੰਨਾਂ ਵਿੱਚ ਜੇ મતਭੇਦ ਹੋ ਜਾਵੇ ਤਾਂ ਇਸ ਹਾਲਤ ਦੇ ਵਿੱਚ ਸੰਘੀ ਕਾਨੂੰਨ ਨੂੰ ਪਹਿਲ ਦਿੱਤੀ ਜਾਂਦੀ ਹੈ ਰਾਜ ਸਰਕਾਰ ਦਾ ਕਾਨੂੰਨ ਸੋਧਾ ਉਸ ਹੱਦ ਤੱਕ ਰੱਦ ਹੋ ਜਾਣਾ ਜਿਸ ਹੱਦ ਤੱਕ ਉਹ ਸੰਘੀ ਕਾਨੂੰਨ ਦੀ ਵਿਰੋਧਤਾ ਕਰਦਾ ਹੈ ਤੇ ਜੇਕਰ ਵਿਧਾਨ ਮੰਡਲ ਵੱਲੋਂ ਬਣਾਇਆ ਕਾਨੂੰਨ ਨੂੰ ਰਾਸ਼ਟਰਪਤੀ ਵੱਲੋਂ ਪ੍ਰਵਾਨਗੀ ਮਿਲ ਜੇ ਫਿਰ ਉਹ ਰਾਜ ਦੇ ਕਾਨੂੰਨ ਨੂੰ ਕੇਂਦਰ ਰਾਜ ਦੇ ਕਾਨੂੰਨਾਂ ਦੇ ਮੁਕਾਬਲੇ ਉਦੋਂ ਲਈ ਉਦੋਂ ਤੱਕ ਲਈ ਉਚਿਤ ਸਮਝਿਆ ਜਾਊਗਾ ਜਦੋਂ ਤੱਕ ਪਾਰਲੀਮੈਂਟ ਰਾਜ ਦੇ ਕਾਨੂੰਨ ਨੂੰ ਰੱਦ ਕਰਨ ਲਈ ਨਵਾਂ ਕਾਨੂੰਨ ਨਹੀਂ ਬਣਾਉਂਦੀ ਅੱਗੇ ਹੈਗਾ ਹੁਣ ਕਿਹੜੇ ਕਿਹੜੇ ਹ ਹੈਂਗੇ ਨੇ ਸ਼ਕਤੀਆਂ ਜਿਨ੍ਹਾਂ ਦੇ ਵਿੱਚ ਸੰਘ ਸਰਕਾਰ ਸੈਂਟਰ ਸਰਕਾਰ ਜਿਹੜੀ ਕਿ ਯੂਨੀਅਨ ਗਵਰਨਮੈਂਟ ਆ ਉਹ ਜ਼ਿਆਦਾ ਪਾਵਰਫੁੱਲ ਹੈ ਜਿਵੇਂ ਕਿ ਬਕਾਇਆ ਸ਼ਕਤੀਆਂ ਤੇ অনুਛੇ 248 ਆਰਟੀਕਲ ਦੇधीन ਉਹ ਸਾਰੇ ਵਿਸ਼ੇ ਜਿਹੜੇ ਕਿ ਨਾਤਾ ਸੰਵਰਤੀ ਸੂਚੀ ਚ ਨੇ ਨਾ ਸੰਗ ਸੂਚੀ ਦੇ ਵਿੱਚ ਨੇ ਨਾ ਹੀ ਜਿਹੜੇ ਕਿ ਰਾਜ ਸੂਚੀ ਦੇ ਵਿੱਚ ਨੇ ਉਹ ਸਾਰੇ ਬੱਚਿਆਂ ਨੂੰ ਸ਼ਕਤੀਆਂ ਜਿਹੜੇ ਕਿ ਉਹ ਦਿੱਤੇ ਹੋਏ ਨੇ ਸੰਗ ਸਰਕਾਰ ਨੂੰ ਠੀਕ ਹੈ ਤੇ ਇਹਨਾਂ ਵਿਸ਼ਾ ਤੇ ਕਾਨੂੰਨ ਬਣਾਉਣ ਦਾ ਅਧਿਕਾਰ ਪਾਰਲੀਮੈਂਟ ਨੂੰ ਅਮਰੀਕਾ ਸਵਿਟਜ਼ਰਲੈਂਡ ਦੇ ਵਿੱਚ ਰਹਿੰਦੀ ਹੈ ਤਾਕਤ ਰਾਜਾਂ ਨੂੰ ਦੇ ਦਿੱਤੀ ਹੈ ਜਨਨ ਜਦਕਿ ਭਾਰਤ ਦੇ ਵਿੱਚ ਸੰਗ ਸਰਕਾਰ ਨੂੰ ਨੇ ਸੰਗ ਸਰਕਾਰ ਨੂੰ ਰਾਜ ਸੂਚੀ ਤੇ ਵੀ ਅਧਿਕਾਰ ਆ ਜਿਵੇਂ ਰਾਜ ਸਭਾ ਦੇ ਪ੍ਰਸਤਾਵ ਤੇ ਅਨੁਛੇਦ 249 ਦੇ ਅਨੁਸਾਰ ਜੇਕਰ ਰਾਜ ਸਭਾ ਮੌਜੂਦ ਅਤੇ VOTING ਦੇ ਵਿੱਚ ਹਿੱਸਾ ਨਾਲ ਵਾਲੇ ਮੈਂਬਰਾਂ ਦੇ 2/3 ਠੀਕ ਹੈ 2/3 ਬਹੁਮਤ ਦੇ ਨਾਲ ਪ੍ਰਸਤਾਵ ਪਾਸ ਕਰ ਦੇਣ ਜਾਂ ਐਲਾਨ ਕਰ ਦੇਣ ਕਿ ਰਾਜ ਸੂਚੀ ਦੇ ਵਿੱਚ ਦਿੱਤੇ ਗਏ ਵਿਸ਼ਿਆਂ ਉਤੇ ਕਾਨੂੰਨ ਬਣਾਉਣ ਦਾ ਅਧਿਕਾਰ ਜਿਹੜਾ ਕਿ ਪਾਰਲੀਮੈਂਟ ਵੱਲੋਂ ਕਾਨੂੰਨ ਬਣਾਉਣ ਦਾ ਦੇਸ਼ ਦੇ ਹਿੱਤ ਦੇ ਵਿੱਚ ਹੋਊਗਾ ਵੀ ਜਿਹੜੇ ਕਿ ਸੰਘ ਸਰਕਾਰ ਬਣਾਵੇ ਤਾਂ ਪਾਰਲੀਮੈਂਟ ਉਸ ਵਿਸ਼ੇ ਤੇ ਸਾਰੇ ਭਾਰਤ ਜਾਂ ਕਿਸੇ ਵਿਸ਼ੇਸ਼ ਰਾਜ ਲਈ ਕਾਨੂੰਨ ਬਣਾ ਸਕਦੀ ਹੈ ਠੀਕ ਹੈ ਤੇ ਇਹ ਪ੍ਰਸਤਾਵਿਕਸਾਲੀ ਵੀ ਹੁੰਦਾ ਪਰ ਰਾਜ ਸਭਾ ਦੇ ਵਿੱਚੋਂ ਇੱਕ ਹੋਰ ਪ੍ਰਸਤਾਵ ਪਾਸ ਕਰਕੇ ਇਸ ਦੀ ਮਿਆਦ ਇੱਕ ਸਾਲ ਲਈ ਵਧਾ ਲਈ ਵੀ ਜਾਂਦੀ ਹੈ ਤੇ ਪਾਰਲੀਮੈਂਟ ਵੱਲੋਂ ਜਈ ਹਾਲਤ ਦੇ ਵਿੱਚ ਬਣਾਇਆ ਗਿਆ ਕਾਨੂੰਨ ਪ੍ਰਸਤਾਵ ਦਾ ਸਮਾਂ ਖਤਮ ਹੋਣ ਤੇ 6 ਮਹੀਨੇ ਦੇ ਬਾਅਦ ਲਾਗੂ ਹੁੰਦਾ ਅੱਗੇ ਹੈਗਾ ਯੁੱਧ ਬਾਹਰਲੇ ਅਤੇ ਹਥਿਆਰਬੰਦ ਵਿਦਰੋਹ ਦੇ ਕਾਰਨ ਪੈਦਾ ਹੋਏ ਸੰਕਟਕਾਲ ਦੇ ਸਮੇਂ ਹਾਂਜੀ ਜੰਗ ਹਥਿਆਰਬੰਦ ਵਿਦਰੋਹ ਦੇ ਕਾਰਨ ਹਗਾਮੀ ਹਾਲਤ ਦਾ ਐਲਾਨ ਕੀਤਾ ਗਿਆ ਹੋਵੇ ਤਾ ਪਾਰਲੀਮੈਂਟ ਰਾਜ ਦੀ ਸੂਚੀ ਦੇ ਕਿਸੇ ਮਾਮਲੇ ਦੇ ਵਿੱਚ ਸਾਰੇ ਦੇਸ਼ ਜਾਂ ਉਸ ਦੇ ਕਿਸੇ ਵੀ ਹਿੱਸੇ ਲਈ ਕਾਨੂੰਨ ਬਣਾ ਸਕਦੀ ਹੈ ਤੇ ਜਾਇਹੇ ਕਾਨੂੰਨ ਦੇ ਵਿੱਚ ਸਾਰੇ ਦੇਸ਼ ਜਾਂ ਉਸ ਦੇ ਕਿਸੇ ਵੀ ਹਿੱਸੇ ਲਈ ਕਾਨੂੰਨ ਬਣਾਇਆ ਜਾ ਸਕਦਾ ਤੇ ਕਾਨੂੰਨ ਸੰਕਟ ਦਾ ਐਲਾਨ ਖਤਮ ਹੋਣ ਤੋਂ 6 ਮਹੀਨੇ ਬਾਅਦ ਤੱਕ ਵੀ ਲਾਗੂ ਰਹਿ ਸਕਦਾ ਸਭ ਤੋਂ ਬਾਅਦ ਤੁਸੀਂ ਹੈਡਿੰਗਸ ਯਾਦ ਕਰਨੇ ਨੇ ਸਟੂਡੈਂਟਸ ਪਹਿਲਾਂ ਠੀਕ ਹੈ ਅੱਗੇ ਹੈਗਾ ਰਾਜਾਂ ਦੇ ਵਿੱਚ ਮਤਲਬ ਕਿ ਰਾਜਾਂ ਦੇ ਵਿੱਚ ਸੈਂਟਰ ਸਰਕਾਰ ਕਿੱਥੋਂ ਤੱਕ ਕਾਨੂੰਨ ਆ ਸਕਦੀ ਹੈ ਸੰਗੀ ਸਰਕਾਰ ਰਾਜਾਂ ਵਿੱਚ ਸੰਵਿਧਾਨਿਕ ਮਸ਼ੀਨਰੀ ਜੇ ਅਗਰ ਫੇਲ ਹੋ ਜਾਵੇ 356 ਆਰਟੀਕਲ ਦੇ ਅਨ ਰਾਜ ਵਿੱਚ ਸੰਵਿਧਾਨਿਕ ਮਸ਼ੀਨਰੀ ਫੇਲ ਹੋਣ ਦੇ ਉੱਥੋਂ ਦਾ ਪ੍ਰਬੰਧ ਰਾਸ਼ਟਰਪਤੀ ਆਪਣੇ ਹੱਥਾਂ ਵਿੱਚ ਲੈ ਲਵੇ ਤਾਂ ਰਾਸ਼ਟਰਪਤੀ ਨੂੰ ਇਹ ਅਧਿਕਾਰ ਹੈ ਕਿ ਰਾਜ ਸੂਚੀ ਦੇ ਵਿਸ਼ਿਆਂ ਤੇ ਕਾਨੂੰਨ ਬਣਾ ਸਕਦਾ ਹੈ ਅੱਗੇ ਹੈਗਾ 2ਾ 2 ਤੋਂ ਵੱਧ ਰਾਜਾਂ ਦੀ ਪ੍ਰਾਰਥਨਾ ਕਰਨ ਤੇ ਵੀ ਜਿਹੜੇ ਕਿ ਰਾਜ ਸੂਚੀ ਦੇ ਜਿਹੜੇ ਵਿਸ਼ੇ ਨੇ ਉਹਨਾਂ ਤੇ ਸੰਘ ਸਰਕਾਰ ਜਿਹੜੀ ਕਿ ਆਪਣਾ ਕਾਨੂੰਨ ਬਣਾ ਸਕਦੀ ਹੈ ਅੱਗੇ ਹੈਗਾ ਅੰਤਰਰਾਸ਼ਟਰੀ ਸੰਧੀਆਂ ਸਮਝੌਤੇ ਤੇ ਸਮੇਲਨਾਂ ਦੇ ਫੈਸਲਿਆਂ ਨੂੰ ਲਾਗੂ ਕਰਨ ਵਾਸਤੇ ਵੀ ਪਾਰਲੀਮੈਂਟ ਜਿਹੜੀ ਕਿ ਆਪਣਾ ਕਾਨੂੰਨ ਬਣਾ ਸਕਦੀ ਹੈ ਰਾਜ ਸੂਚੀ ਦੇ ਵਿੱਚ ਤੱਗਰ ਨਾ ਇਹ ਵੀ ਸ਼ਾਗਰ ਰਾਸੂਚੀ ਵਿੱਚ ਵੀ ਬੇਸ਼ੱਕ ਕਿਉਂ ਨਾ ਹੋਵੇ ਅੱਗੇ ਹੈਗਾ ਕੁਝ ਖਾਸ ਪ੍ਰਕਾਰ ਦੇ ਬਿਲਾਵਾਂ ਤੇ ਰਾਸ਼ਟਰਪਤੀ ਦੀ ਮਨਜ਼ੂਰੀ ਜ਼ਰੂਰੀ ਹੈ ਇਹ ਤੋਂ ਪਤਾ ਲੱਗਦਾ ਕਿ ਰਾਜ ਸਰਕਾਰ ਦੇ ਨਾਲੋਂ ਸੰਘੀ ਸਰਕਾਰ ਨੂੰ ਜ਼ਿਆਦਾ ਸ਼ਕਤੀਆਂ ਨੇ ਬਿਲ ਪੇਸ਼ ਕਰਨ ਤੋਂ ਪਹਿਲਾਂ ਮਨਜ਼ੂਰੀ ਵੀ ਲੈਣੀ ਪੈਂਦੀ ਹੈ ਰਾਸ਼ਟਰਪਤੀ ਦੀ ਤਾਂ ਇਹ ਵੀ ਉਹਦੀ ਜਿਹੜੇ ਕਿ ਇੰਪੋਰਟੈਂਸ ਨੂੰ ਅੰਦਰ ਸੌਂਦਾ ਰਾਜਾਂ ਦੀਆਂ ਸਰਹੱਦਾਂ ਵਿੱਚ ਤਬਦੀਲੀ ਦੇ ਨਵੇਂ ਰਾਜਾਂ ਦਾ ਸਥਾਪਨਾ ਕਰਨ ਦਾ ਅਧਿਕਾਰ ਵੀ ਜਿਹੜੇ ਕਿ ਪਾਰਲੀਮੈਂਟ ਭਾਗੀ ਸੰਘੀ ਸਰਕਾਰ ਨੂੰ ਅਗੇ ਹੈਗਾ ਰਾਜਾਂ ਵਿੱਚ ਵਿਧਾਨਪ੍ਰਿਸ਼ਦ ਸਥਾਪਿਤ ਅਤੇ ਸਵਾਪਿਤ ਕਰਨ ਦਾ ਅੰਤਿਮ ਅਧਿਕਾਰ ਵੀ ਵਿਧਾਨਪ੍ਰਿਸ਼ਦ ਨੂੰ ਸਵਾਪਿਤ ਕਰਨਾ ਜਾਂ ਸਥਾਪਿਤ ਜਾਂ ਸਥਾਪਨਾ ਕਰਨੀ ਇਹਨਾਂ ਦੀ ਇਹ ਵੀ ਜਿਹੜੀ ਕਿ ਸੰਘ ਸਰਕਾਰ ਦੇ ਕੰਮ ਆਉਂਦਾ ਤੇ ਇਹ ਸੰਘ ਸੂਚੀ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਵੀ ਵਿਸ਼ਿਆਂ ਦਾ ਵਰਣਨ ਕੀਤਾ ਗਿਆ ਜਿਨ੍ਹਾਂ ਦੁਆਰਾ ਸੰਘ ਸਰਕਾਰ ਰਾਜ ਸੂਚੀ ਤੇ ਰਾਜ ਸਰਕਾਰਾਂ ਤੇ ਨਿਯੰਤਰਣ ਰੱਖ ਸਕਦੇ ਆ ਜਿਵੇਂ ਕਿ ਇਹਦੇ ਸਟੂਡੈਂਟਸ 10 ਪੁਆਇੰਟ ਨੇ ਤੁਸੀਂ ਕੋਈ ਯਾਨੀ 6 ਜਾਂ 7 ਯਾਰ ਕਰ ਸਕਦੇ ਹੋ ਠੀਕ ਹੈ ਅੱਗੇ ਵਿਧਾਨਿਕ ਸੰਬੰਧ ਦੀਆਂ ਲੋਚਨਾਵਾਂ ਨੂੰ ਜਸਟ ਇੱਕ ਵਾਰ ਰੀਡ ਕਰ ਲੈਣਾ ਕਿਉਂਕਿ ਅਗਰ ਅਜੇ ਅਲੋਚਨਾਤਮਕ ਵਰਣਨ ਆ ਜਾਏ ਫਿਰ ਇਹ ਤੁਹਾਨੂੰ ਲਿਖਣਾ ਪੈਂਦਾ ਕ੍ਰਿਟਿਸਿਜ਼ਮ ਹਾਂਜੀ ਅੱਗੇ ਹੈਗੇ ਨੇ ਪ੍ਰਸ਼ਾਸਕੀ ਸੰਬੰਧ ਐਡਮਿਨਿਸਟ੍ਰੇਟਿਵ ਸੰਬੰਧ ਇਹਨਾਂ ਦੇ ਵਿੱਚੋਂ ਬੇਸ਼ੱਕ ਤੁਸੀਂ ਸਾਰੇ ਪੁਆਇੰਟ ਯਾਦ ਕਰ ਲਓ ਮੈਂ ਵੈਸੇ ਕਿ ਕਿਤੇ ਨੇ ਉਹ ਪੁਆਇੰਟ ਪੜ ਲੈਣਾ ਅਨੁਸ਼ੇਚ 93 ਦੇ ਅਨੁਸਾਰ ਸੰਘ ਦਾ ਪ੍ਰਸ਼ਾਸਨ ਸੰਬੰਧੀ ਅਧਿਕਾਰ ਉਹਨਾਂ ਸਾਰੇ ਮਾਮਲਿਆਂ ਤੇ ਲਾਗੂ ਹੁੰਦਾ ਹੈ ਜਿਹੜੇ ਸੰਘ ਸੂਚੀ ਦੇ ਵਿੱਚ ਦਿੱਤੇ ਗਏ ਨੇ ਰਾਜਾਂ ਦੇ ਪ੍ਰਸ਼ਾਸਨ ਸੰਬੰਧੀ ਅਧਿਕਾਰ ਦੇ ਵਿੱਚ ਨਾ ਸਿਰਫ ਉਹ ਹੀ ਵਿਸ਼ੇ ਆਉਂਦੇ ਨੇ ਜਿਹੜੇ ਸੂਚੀ ਦੇ ਵਿੱਚ ਦਿੱਤੇ ਗਏ ਨੇ ਸਗੋਂ ਉਹ ਵਿਸ਼ੇ ਵੀ ਆਉਂਦੇ ਨੇ ਜਿਹੜੇ ਸਾਂਝੀ ਸੂਚੀ ਦੇ ਵਿੱਚ ਦਿੱਤੇ ਗਏ ਹੁੰਦੇ ਨੇ ਪਾਰਲੀਮੈਂਟ ਸਾਂਝੀ ਸੂਚੀ ਦੇ ਵਿੱਚ ਦਿੱਤੇ ਗਏ ਵਿਸ਼ਿਆਂ ਦੇ ਕਾਨੂੰਨ ਤਾਂ ਬਣਾ ਸਕਦੀ ਹੈ ਪਰ ਉਹਨਾਂ ਕਾਨੂੰਨਾਂ ਨੂੰ ਲਾਗੂ ਕਰਨਾ ਰਾਜ ਦਾ ਕੰਮ ਹੈ ਪ੍ਰਾਂਤਾਂ ਦੇ ਮੁਖੀ ਰਾਜਪਾਲ ਦੀ ਨਿਯੁਕਤੀ ਰਾਸ਼ਟਰਪਤੀ ਰਾਹੀਂ ਹੁੰਦੀ ਹੈ ਠੀਕ ਹੈ ਤਾਂ ਰਾਜਪਾਲ ਰਾਸ਼ਟਰਪਤੀ ਦੇ ਪ੍ਰਤੀ ਜਵਾਬਦੇਹ ਹੁੰਦਾ ਇੱਥੋਂ ਪਤਾ ਲੱਗਦਾ ਕਿ ਉਹ ਜਿਆਦਾ ਪਾਵਰਫੁਲ ਹੈ ਰਾਸ਼ਟਰਪਤੀ ਹੀ ਰਾਜਪਾਲ ਨੂੰ ਅਹੁਦੇ ਤੋਂ ਹਟਾ ਸਕਦਾ ਹੈ ਰਾਜਦਾਨ ਸंवैधानिक ਮੁਖੀ ਹੋਣ ਦੇ ਬਾਵਜੂਦ ਵੀ ਰਾਜਪਾਲ ਰਾਜਵਾਲਾ ਜੜ ਕੀ ਕੇਂਦਰੀ ਸਰਕਾਰ ਦਾ ਪ੍ਰਤੀਨਿਧ ਹੁੰਦਾ ਤੇ ਨੈਕਸਟ ਅੱਗੇ ਜਦੋਂ ਰਾਸ਼ਟਰਪਤੀ ਬਾਹਰੀ ਹਮਲੇ ਯੁੱਧ ਜਾਂ ਹਥਿਆਰਵੰਦ ਵਿਦਰੋਹ ਦੀ ਸੰਭਾਵਨਾ ਦੇ ਕਾਰਨ ਸੰਕਟ ਕਾਲੀ ਸਥਿਤੀ ਦਾ ਐਲਾਨ ਕਰ ਦੇਵੇ ਤਹੋ ਰਾਜ ਨੂੰ ਆਪਣੀ ਕਾਰਜਪਾਲਿਕਾ ਸ਼ਕਤੀ ਨੂੰ ਵਿਸ਼ੇਸ਼ ਢੰਗ ਨਾਲ ਇਸਤੇਮਾਲ ਕਰਨ ਦਾ ਹੁਕਮ ਦੇ ਸਕਦਾ ਅੱਗੇ ਹੈਗਾ ਜੇਕਰ ਕੇਂਦਰੀ ਸਰਕਾਰ ਵੱਲੋਂ ਦਿੱਤੇ ਗਏ ਕਿਸੇ ਹੁਕਮ ਦੀ ਪਾਲਣਾ ਕੋਈ ਰਾਜ ਸਰਕਾਰ ਨਾ ਕਰੇ ਤਾਂ ਰਾਜ ਦੀ ਸਰਕਾਰ ਸੰਵਿਧਾਨ ਦੀਆਂ ਧਾਰਾਵਾਂ ਦੇ ਅਨੁਸਾਰ ਨਾ ਚੱਲੇ ਤਾਂ ਸੰਵਿਧਾਨ ਦੀ ਧਾਰਾ 356 ਦੇ ਅਧੀਨ ਰਾਸ਼ਟਰਪਤੀ ਰਾਜ ਸਰਕਾਰ ਨੂੰ ਖਾਰਜ ਕਰਕੇ ਰਾਜ ਦਾ ਸਾਰਾ ਪ੍ਰਸ਼ਾਸਨ ਆਪਣੇ ਹੱਥਾਂ ਵਿੱਚ ਲੈ ਸਕਦਾ ਸੈਵਨਥ ਹੈਗਾ ਰਾਜ ਸਰਕਾਰ ਦੀ ਸਹਿਮਤੀ ਨਾਲ ਰਾਸ਼ਟਰਪਤੀ ਸੰਘ ਸਰਕਾਰ ਦੀ ਕਾਰਜਪਾਲਿਕਾ ਦੇ ਕਿਸੇ ਵੀ ਕੰਮ ਨੂੰ ਰਾਜ ਸਰਕਾਰ ਦੇ ਅਧਿਕਾਰੀਆਂ ਨੂੰ ਸੰਪਸਕਦਾ ਮਤਲਬ ਕਿ ਰਾਜ ਸਰਕਾਰ ਦੀ ਸਹਿਮਤੀ ਦੇ ਨਾਲ ਰਾਸ਼ਟਰਪਤੀ ਸੰਘ ਦੀ ਜਿਹੜੀ ਕਾਰਜਪਾਲਿਕਾ ਦੇ ਕਿਸੇ ਵੀ ਕੰਮ ਨੂੰ ਰਾਜ ਸਰਕਾਰ ਦੇ ਅਧਿਕਾਰੀਆਂ ਨੂੰ ਵੀ ਦੇਖ ਸਕਦਾ ਮਤਲਬ ਕਿ ਕੁਝ ਕੰਮ ਸੈਂਟਰ ਦੇ ਵੀ ਰਾਜਾਂ ਨੂੰ ਵੀ ਦਿੱਤੇ ਜਾ ਸਕਦੇ ਨੇ ਠੀਕ ਹੈ ਦੋਨਾਂ ਦੇ ਵਿੱਚ ਆਪਸੀ ਸਬੰਧ ਨੇ ਤੇ ਜੇ ਕੰਮ ਕਰਨ ਦੇ ਜੋ ਖਰਚਾ ਹੋਵੇ ਕੇਂਦਰ ਸਰਕਾਰ ਦਿੰਦੀ ਹੈ ਪਰ ਤੇ ਅੱਗੇ ਹੈਗਾ ਜੇਕਰ ਰਾਜਪਾਲ ਦੀ ਰਿਪੋਰਟ ਤੇ ਰਿਪੋਰਟ ਤੋਂ ਜਾਂ ਕਿਸੇ ਹੋ ਦੂਜੇ ਤਰੀਕੇ ਨਾਲ ਰਾਸ਼ਟਰਪਤੀ ਨੇ ਯਕੀਨ ਹੋ ਜਾਵੇ ਕੀ ਰਾਜ ਦੇ ਸੰਵਿਧਾਨ ਦੇ ਅਨੁਸਾਰ ਸਰਕਾਰ ਨਹੀਂ ਚਲਾਈ ਜਾ ਰਹੀ ਰਾਜ ਦੇ ਵਿੱਚ ਤਾਂ ਰਾਸ਼ਟਰਪਤੀ ਉਸ ਰਾਜ ਦੇ ਵਿੱਚ ਵਿਧਾਨਿਕ ਸੰਕਟ ਦਾ ਐਲਾਨ ਕਰ ਸਕਦਾ ਠੀਕ ਹੈ ਅਜਿਹੇ ਹਾਲਤ ਦੇ ਵਿੱਚ ਰਾਜਪਾਲ ਨੂੰ ਰਾਸ਼ਟਰਪਤੀ ਦੇ ਆਦੇਸ਼ ਅਨੁਸਾਰ ਹਕੂਮਤ ਕਰਨੀ ਪੈਂਦੀ ਹੈ ਤੇ ਮੰਤਰੀ ਮੰਡਲ ਨੂੰ ਖਤਮ ਕਰ ਦਿੱਤਾ ਜਾਂਦਾ ਅੱਗੇ ਹੈਗਾ ਹਾਈ ਕੋਰਟ ਦੇ ਜੱਜਾਂ ਦੀ ਨਿਯੁਕਤੀ ਵੀ ਰਾਸ਼ਟਰਪਤੀ ਰਾਹੀਂ ਹੁੰਦੀ ਹੈ ਇਸ ਤਰ੍ਹਾਂ ਰਾਜ ਦੇ ਉੱਚ ਅਹੁਦਿਆਂ ਤੇ ਕੁਝ ਭਾਰਤੀ ਸਿਵਾਵਾ ਦੇ ਅਧਿਕਾਰੀ ਜਿਨ੍ਹਾਂ ਨੂੰ ਸਦਰ ਸਰਕਾਰ ਨਿਯੁਕਤ ਕਰਦੀ ਹੈ ਕੰਮ ਕਰਦੇ ਨੇ ਨੰਬਰ 10 ਰਾਸ਼ਟਰਪਤੀ ਵੱਲੋਂ ਨਿਯੁਕਤ ਚੋਣ ਕਮਿਸ਼ਨ ਸੰਗਤ ਰਾਜਾਂ ਦੇ ਚੋਣਾਂ ਤੇ ਕੰਟਰੋਲ ਰੱਖਦਾ। ਨੰਬਰ 11 ਕੇਂਦਰ ਤੇ ਰਾਜ ਸਰਕਾਰਾਂ ਦੀ ਜਾਂਚ ਹਿਸਾਬ ਕਿਤਾਬ ਤੇ ਕੰਟਰੋਲ ਦੇ ਵਿੱਚ ਰਾਸ਼ਟਰਪਤੀ ਨਿਯੰਤਰਣ ਤੇ ਮਹਾਂਲੇਖਾ ਪ੍ਰੀਖਿਅਕ ਨੂੰ ਨਿਯੁਕਤ ਕਰਦਾ। ਨੰਬਰ 12 ਵਜੀਆਂ ਨਦੀਆਂ ਦੇ ਸੌਂਦੇ ਵਿੱਚ ਜਿਹੜੀਆਂ ਇੱਕ ਤੋਂ ਵੱਧ ਰਾਜਾਂ ਦੇ ਵਿੱਚੋਂ ਲੰਘਦੀਆਂ ਨੇ ਸਾਰੇ ਝਗੜਿਆਂ ਨੂੰ ਪਟਾਉਣਾ ਤੇ ਉਹਨਾਂ ਦੇ ਸਬੰਧਾਂ ਵਿੱਚ ਕਾਨੂੰਨ ਬਣਾਉਣ ਦਾ ਅਧਿਕਾਰ ਕੇਂਦਰੀ ਪਾਰਲੀਮੈਂਟ ਨੂੰ। ਠੀਕ ਹੈ। 13 ਸੰਗੀ ਸਰਕਾਰ ਭਾਜਦੇ ਸਾਰੇ ਰਾਜਾਂ ਵਿੱਚ ਸ਼ਾਸਨ ਸੰਧੀ ਏਕਤਾ ਸਥਾਪਨ ਕਰਨਾ ਤੇ ਕੇਂਦਰੀ ਸਰਕਾਰ ਅਤੇ ਰਾਜਾਂ ਦੀਆਂ ਸਰਕਾਰਾਂ ਦੇ ਪ੍ਰਤੀਨਿਧਾਂ ਦਾ ਸਮੇਲਨ ਬੁਲਾ ਸਕਦੀ ਹੈ ਤੇ ਉਹਨਾਂ ਨੂੰ ਕੁਝ ਸਿਫਾਰਸ਼ਾਂ ਵੀ ਕਰ ਸਕਦੀ ਹੈ। ਅਗਯੰਤਰਰਾਜੀ ਕੌਂਸਲ ਵਾਲਾ ਇਹਨਾਂ ਨੂੰ ਪੜ ਲੈਣਾ। ਜਿਨ੍ਹਾਂ ਦੀ ਹਲੋਚਨਾ। ਅੱਗੇ ਵਿੱਤੀ ਪ੍ਰਵਾਨ ਦਾ ਫਾਈਨੈਂਸ਼ੀਅਲ ਠੀਕ ਹੈ। ਹਾਂਜੀ ਇਹਦੇ ਵਿੱਚ ਹੈਗਾ ਟੈਕਸਾਂ ਦੇ ਨਿਸ਼ਚਿਤ ਕਰਨ ਦੀ ਸ਼ਕਤੀ ਦਾ ਦੇਣਾ ਤੇ ਹੋਟੈਕਸ ਤੋਂ ਪ੍ਰਾਪਤ ਆਮਦਨ ਦੀ ਵੰਡ ਭਾਰਤ ਦੇਸ਼ ਵਿਧਾਨ ਦੇ ਵਿੱਚ ਦਿੱਤੀਆਂ ਧਾਰਾਵਾਂ ਦੋ ਮਾਤਾਪਨੋ ਵਿਸ਼ੇਸ਼ਤਾਵਾਂ ਨੇ ਇੱਕ ਤਾਂ ਸੰਘ ਤੇ ਦੂਜੇ ਹੈਗਾ ਰਾਜਾਂ ਦੇ ਵਿੱਚ ਟੈਕਸ ਨਿਸ਼ਚਿਤ ਕਰਨ ਦੀ ਸ਼ਕਤੀ ਦੀ ਪੂਰੀ ਵੰਡ ਕੀਤੀ ਗਈ ਹੈ ਦੂਜੇ ਟੈਕਸਾਂ ਤੋਂ ਪ੍ਰਾਪਤ ਆਮਦਨ ਦੀ ਵੀ ਵੰਡ ਕੀਤੀ ਗਈ ਹੈ ਤਾਂ 7ਵੀਂ ਸੂਚੀ ਅਨੁਸਾਰ ਕੇਂਦਰ ਤੇ ਰਾਜਾਂ ਵਿੱਚੋਂ مالی ਦੇ ਵੰਡ ਇਹ ਮ ਕੀਤੀ ਗਈ ਹੈ ਸੰਘ ਸਰਕਾਰ ਦੀ ਆਮਦਨ ਦੇ ਸਾਧਨ ਨੇ ਤਾਂ ਵੱਖ-ਵੱਖ ਸਾਧਨ ਇਹਨਾਂ ਵਿੱਚੋਂ ਖੇਤੀ ਆਮਦਨ ਨੂੰ ਛੱਡ ਕੇ ਬਾਕੀ ਹੋਰ ਟੈਕਸ ਨੇ ਕਰ ਹੁੰਦਾ ਟੈਕਸ ਆਮਦਨ ਕਰ ਸਰਹੱਦੀ ਟੈਕਸ ਉਤਪਾਦਨ ਟੈਕਸ ਨਿਗਮ ਟੈਕਸ ਖੇਤੀ ਭੂਮੀ ਨੂੰ ਛੱਡ ਕੇ ਬਾਕੀ ਜਾਇਦਾਦ ਕਰ ਦਰਾਮਾਦ ਟੈਕਸ ਵਪਾਰ ਉਦਮ ਇਹ ਸਾਰੇ ਰਾਜਾਂ ਦੀ ਆਮਦਨ ਦੇ ਸਾਧਨ ਇਹਨਾਂ ਵਿੱਚ ਜੋ ਜ਼ਮੀਨੀ ਮਾਲੀਆ ਖੇਤੀ ਜੋਗ ਭੂਮੀ ਦਾ ਟੈਕਸ ਉਤਰਾਧਿਕਾਰੀ ਕਰ ਠਿਕਾ ਸੰਪਤੀ ਕਰ ਉਤਪਾਦਨ ਕਰ ਵਿਕਰੀ ਕਰ ਯਾਤਰੀ ਕਰ ਮਨੋਰੰਜਨ ਕਰ ਕਰੰਸੀ ਕਰ ਪਸ਼ੂ ਕਰ ਬਿਜਲੀ ਦੀ ਖਪਤ ਅੱਗੇ ਹੈਗਾ ਟੈਕਸਾਂ ਦੀ ਵਸੂਲੀ ਤੇ ਉਹਨਾਂ ਦੀ ਵੰਡ ਦੀ ਵਿਵਸਥਾ ਅਜਿਹੇ ਟੈਕਸ ਜਿਹੜੇ ਕਿ ਸੈਂਟਰ ਸਰਕਾਰ ਵੱਲੋਂ ਲਾਏ ਜਾਂਦੇ ਨੇ ਉਹ ਇਕੱਠੇ ਕੀਤੇ ਜਾਂਦੇ ਨੇ ਪਰ ਉਹਨਾਂ ਦੀ ਵੰਡ ਕੇਂਦਰ ਅਤੇ ਰਾਜਾਂ ਵਿੱਚ ਕੀਤੀ ਜਾਂਦੀ ਹੈ ਜਿਵੇਂ ਆਮਦਨ ਟੈਕਸ ਅਜਿਹੇ ਟੈਕਸ ਜੋ ਕੇਂਦਰ ਵੱਲੋਂ ਲਾਏ ਜਾਂਦੇ ਨੇ ਤੇ ਕੇਂਦਰ ਵੱਲੋਂ ਇਕੱਠੇ ਕੀਤੇ ਜਾਂਦੇ ਨੇ ਇਹਨਾਂ ਦੀ ਸਮੁੱਚੀ ਆਮਦਨ ਕੇਂਦਰ ਪਾਸ ਕੇਂਦਰ ਦੇ ਕੋਲ ਰਹਿੰਦੀ ਹੈ ਜਿਵੇਂ ਦਰਾਮਦ ਬਰਾਮਦ ਟੈਕਸ ਆਮਦਨ ਟੈਕਸ ਤੇ ਹੋਟੈਕਸ ਅੱਗੇ ਜਿਹੜਾ ਅਜਿਹੇ ਟੈਕਸ ਜੋ ਸੈਂਟਰ ਵੱਲੋਂ ਲਾਏ ਜਾਂਦੇ ਨੇ ਪਰ ਰਾਜਾਂ ਵੱਲੋਂ ਇਕੱਠੇ ਕੀਤੇ ਜਾਂਦੇ ਨੇ ਮਤਲਬ ਕਿ ਦੋਨਾਂ ਦਾ ਆਪਸ ਦੇ ਵਿੱਚ ਇੱਕ ਦੂਜੇ ਨਾਲ ਸਬੰਧ ਹੈ ਜਿਵੇਂ ਕਿ ਸਟੈਂਪ ਡਿਊਟੀ ਦਵਾਈ ਤੇ ਨਸ਼ੀਲੇ ਪਦਾਰਥਾਂ ਦੇ ਸ਼ਿੰਗਾਰ ਵਾਲੀਆਂ ਵਸਤਾਂ ਤੇ ਟੈਕਸ ਤੇ ਜਿਹੜੇ ਟੈਕਸ ਜੋ ਸੈਂਟਰ ਵੱਲੋਂ ਲਾਏ ਜਾਂਦੇ ਨੇ ਇਕੱਠੇ ਰਾਜਾਂ ਇਕੱਠੇ ਕੀਤੇ ਜਾਂਦੇ ਨੇ ਪਰ ਵੰਡ ਰਾਜਾਂ ਵਿੱਚ ਦਿੱਤੇ ਜਾਂਦੇ ਨੇ ਠੀਕ ਹੈ ਤੇ ਗ੍ਰੰਟ ਅੱਗੇ ਇਹਨੂੰ ਰੀਡ ਕਰ ਲੈਣਾ ਹੈ ਜੀ ਜੀ ਪੁਆਇੰਟ ਨਹੀਂ ਠੀਕਾ ਕਰਜ਼ਾ ਸੰਵਿਧਾਨ ਵਿੱਚ ਲਿਖਿਆ ਕਿ ਰਾਜ ਸਰਕਾਰ ਆਪਣੇ ਰਾਜ ਵਿਧਾਨ ਮੰਡਲ ਵੱਲੋਂ ਬਣਾਏ ਗਏ ਨਿਯਮਾਂ ਦੇ ਅਧੀਨ ਸੰਚਿਤ ਰਾਸ਼ੀ ਦੀ ਜਮਾਨਤ ਉਤੇ ਕੇਂਦਰੀ ਸਰਕਾਰ ਤੋਂ ਕਰਜ਼ਾ ਲੈ ਸਕਦੀ ਹੈ ਠੀਕ ਹੈ ਪਰ ਇਹ ਧਿਆਨ ਰੱਖੀ ਕਿ ਰਾਜਕੀਸੇ ਦੂਜੇ ਦੇਸ਼ ਤੋਂ ਕਰਜ਼ਾ ਨਹੀਂ ਲੈ ਸਕਦਾ ਵਿੱਤੀ ਕਮਿਸ਼ਨ ਫਾਈਨੈਂਸ਼ ਕਮਿਸ਼ਨ 280 ਆਰਟੀਕਲ ਦੇ ਅਧੀਨ ਇਹ ਵਿਵਸਥਾ ਕੀਤੀ ਗਈ ਹੈ ਕਿ ਦੇਸ਼ ਦੀ ਆਰਥਿਕ ਸਥਿਤੀ ਦੇ ਅਧਿਐਨ ਲਈ ਸਮੇਂ-ਸਮੇਂ ਤੇ ਸਾਡਾ ਰਾਸ਼ਟਰਪਤੀ ਇੱਕ ਵਿੱਤ ਕਮਿਸ਼ਨ ਦੀ ਨਿਯੁਕਤੀ ਕਰੂਗਾ ਤੇ ਜਿਹਦਾ ਇੱਕ ਸਭਾਪਤੀ ਹੋਊਗਾ ਚਾਰ ਮੈਂਬਰ ਹੋਣਗੇ ਹਰ 5 ਸਾਲ ਬਾਅਦ ਇੱਕ ਨਵਾਂ ਵਿੱਤ ਕਮਿਸ਼ਨ ਸਥਾਪਿਤ ਕੀਤਾ ਜਾਊਗਾ ਪਾਰਲੀਮੈਂਟ ਇਸ ਕਮਿਸ਼ਨ ਦੀ ਯੋਗਤਾਵਾਂ ਤੇ ਨਿਯੁਕਤੀ ਦਾ ਤਰੀਕਾ ਵੀ ਨਿਸ਼ਚਿਤ ਕਰਦੀ ਹੈ ਹਾਂਜੀ ਅਗਰੇ ਟੈਕਸਾਂ ਤੋਂ ਛੋਟ 285 ਦੇ ਅਨੁਸਾਰ ਆਰਟੀਕਲ ਦੇਦੀ ਨਾ ਜਦ ਤੱਕ ਪਾਰਲੀਮੈਂਟ ਕਾਨੂੰਨ ਨਹੀਂ ਕੋਈ ਨਖੇਦੀ ਨਾ ਕਰੇ ਤਾਂ ਰਾਜਾਂ ਦੁਆਰਾ ਸੰਘ ਦੀ ਸੰਪਤੀ ਤੇ ਟੈਕਸ ਨਹੀਂ ਲਗਾਇਆ ਜਾ ਸਕਦਾ ਤੇ ਭਾਰਤ ਸਰਕਾਰ ਜਾਂ ਰੇਲ ਦੁਆਰਾ ਵਰਤੋਂ ਵਿੱਚ ਆਉਣ ਵਾਲੀ ਬਿਜਲੀ ਤੇ ਪਾਰਲੀਮੈਂਟ ਦੀ ਇਜਮਤੀ ਤੋਂ ਬਿਨਾਂ ਕਿਸੇ ਤਰ੍ਹਾਂ ਦਾ ਟੈਕਸ ਨਹੀਂ ਲਗਾ ਸਕਦਾ ਦੂਜੇ ਪਾਸੇ ਸੰਗੀ ਸਰਕਾਰ ਰਾਜ ਦੀ ਜਾਇਦਾਦ ਅਤੇ ਆਮਦਨ ਤੇ ਕਰ ਨਹੀਂ ਲਗਾ ਸਕਦੀ ਇਸ ਸੰਬੰਧ ਵਿੱਚ ਕੇਵਲ ਇੱਕ ਹੀ ਆਵਾਦ ਹੈ ਕਿ ਸਰ ਰਾਜ ਸਰਕਾਰ ਦੁਆਰਾ ਉਸ ਵੱਲੋਂ ਕੀਤੇ ਗਏ ਜਾਣ ਵਾਲੇ ਕਿਸੇ ਵਪਾਰ ਦੇ ਧੰਦੇ ਨੂੰ ਜਦ ਤੱਕ ਛੋਟ ਨਹੀਂ ਮਿਲ ਸਕਦੇ ਜਦ ਤੱਕ ਪਾਰਲੀਮੈਂਟ ਇਹ ਐਲਾਨ ਨਾ ਕਰੇ ਅੱਗੇ ਹੈਗਾ ਫਾਈਨੈਂਸ਼ੀਅਲ ਅਮਰਜੈਂਸੀ 360 ਦੇ ਦਿਨ ਰਾਸ਼ਟਰਪਤੀ ਨੂੰ ਵਿੱਤੀ ਅਮਰਜੈਂਸੀ ਸ਼ਕਤੀ ਦਿੱਤੀ ਗਈ ਜਿਹਨੇ ਫਾਈਨੈਂਸ਼ੀਅਲ ਅਮਰਜੈਂਸੀ ਐਲਾਨ ਹੋਣ ਤੇ ਰਾਜਾਂ ਦੀ ਆਮਦਨ ਦੀ ਸੀਮਾ ਉਹਨਾਂ ਦਾ ਟੈਕਸਾਂ ਉਨਾ ਕਰਾਂ ਤੱਕ ਹੀ ਸੀਮਤ ਹੁੰਦੀ ਹੈ ਜੋ ਰਾਸ਼ ਸੂਚੀ ਦੇ ਵਿੱਚ ਦਿੱਤੇ ਗਏ ਹੁੰਦੇ ਨੇ ਤੇ ਵਿੱਤੀ ਅਮਰਜੈਂਸੀ ਦੇ ਵਿੱਚ ਰਾਸ਼ਟਰਪਤੀ ਸੰਵਿਧਾਨ ਦੇ ਕਿਸੇ ਵੀ ਅਨੁਛੇਦ ਨੂੰ ਰੋਕ ਸਕਦਾ ਜਿਸ ਦਾ ਸਬੰਧ ਜਾਂ ਤਾਂ ਗਰੰਟਾ ਨਾਲ ਹੋਵੇ ਜਾਂ ਸੰਘਾਂ ਦੇ ਟੈਕਸਾਂ ਦੀ ਆਮਦਨ ਦੇ ਹਿੱਸੇ ਵਿੱਚ ਵੰਡਣ ਨਾਲ ਹੋਵੇ ਰਾਸ਼ਟਰਪਤੀ ਕੇਂਦਰੀ ਸਰਕਾਰ ਨੂੰ ਵਿੱਤੀ ਉਚਿਤਤਾ ਦੇ ਸਬੰਧ ਦੇ ਵਿੱਚ ਰਾਜ ਸਰਕਾਰਾਂ ਨੂੰ ਕਿਸੇ ਮੰਡਲ ਦੇ ਨਿਰਦੇਸ਼ ਦੇ ਇੰਦਾ ਅਧਿਕਾਰ ਵੀ ਦੇ ਸਕਦਾ ਅੱਗੇ ਹੈਗਾ ਭਾਰਤ ਦੇ ਕੰਟਰੋਲਰ ਮਹਾ ਡੀਟਰ ਦੁਆਰਾ ਕੰਟਰੋਲ ਠੀਕ ਹੈ ਮਤਲਬ ਕਿ ਇਹਨਾਂ ਦੇ ਵਿੱਚ ਤੁਸੀਂ ਜਿਵੇਂ ਇਹਨਾਂ ਤਿੰਨਾਂ ਦੇ ਸੰਬੰਧ ਵਾਗਰ ਪੁੱਛ ਲਈ ਤਾਂ ਤੁਸੀਂ 5 5 ਪੁਆਇੰਟ ਲਿਖ ਸਕਦੇ ਹੋ। ਅਗਰ ਇਕੱਲੇ-ਇਕੱਲੇ ਬਾਰੇ ਪੁੱਛ ਲੈ ਫਿਰ ਤੁਹਾਨੂੰ ਸਾਰੇ ਦੇਣੇ ਪੈਣਗੇ। ਠੀਕ ਹੈ। ਅੱਗੇ alochna thanks